ਅੱਜ ਦੀ ਇਸ ਵੀਡੀਓ ਵਿੱਚ ਆਪਾਂ ਦੇਖਾਂਗੇ ਨਿਊਜ਼ੀਲੈਂਡ ਦੇ ਕੁਆਇਨ ਸੈੱਟ ਜਿਹੜਾ ਹੈਗਾ ਮੇਰੇ ਕੋਲੇ ਮੇਰੀ ਕਲੈਕਸ਼ਨ ਵਿੱਚ ਸ਼ਾਮਲ ਇਹ ਉਹ ਆ ਇਹ ਉਹਦਾ ਤੇ ਲੋਗੋ ਆ ਜਿਹੜਾ ਤੁਸੀਂ ਇਹ ਦੇਖ ਰਹੇ ਹੋ ਤੇ ਨਾਲ ਆ ਲਿਖਿਆ ਹੈ ਨਿਊਜ਼ੀਲੈਂਡ ਕੁਆਇਨ ਇਸ਼ੂ ਤੇ ਬਹੁਤ ਖੂਬਸੂਰਤ ਹੈ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਤੇ ਇਹਨੂੰ ਆਪਾਂ ਓਪਨ ਕਰਕੇ ਦੇਖਦੇ ਹਾਂ ਤੇ ਇਹ ਤੋਂ ਓਪਨ ਕੀਤਾ ਸਭ ਤੋਂ ਪਹਿਲਾਂ ਇਹ ਪਿਕਚਰ ਸਾਹਮਣੇ ਆਈ ਬਹੁਤ ਖੂਬਸੂਰਤ ਪਿਕਚਰ ਹੈ ਜਿਹੜੀ ਇਹ ਹੈਗਾ 1985 ਦਾ ਸੈੱਟ ਤੇ ਇਹ ਇਹ ਆਪਾਂ ਇੱਥੋਂ ਇਹਨੂੰ ਓਪਨ ਵੀ ਕਰ ਸਕਦੇ ਹਾਂ ਇਹ ਸੀਲ ਬੰਦ ਨੇ ਸਾਰੇ ਕੋਇਨ ਤੇ ਇਹ ਇਹਦੇ ਵਿੱਚ ਸੀਲ ਬੰਦ ਕੀਤੇ ਹੋਏ ਨੇ ਤੇ ਇਹਨੂੰ ਆਪਾਂ ਇੱਥੋਂ ਓਪਨ ਕਰਕੇ ਵੀ ਤੁਹਾਨੂੰ ਦਿਖਾਵਾਂਗੇ ਪਹਿਲਾਂ ਤੁਸੀਂ ਇਹਦੇ ਬਾਰੇ ਪੜ੍ਹ ਸਕਦੇ ਹੋ ਆਪਾਂ ਤੁਹਾਨੂੰ ਇਹ ਸੋ ਸਕਰੀਨ ਦੇ ਉੱਤੇ ਜਿਹੜਾ ਇਹ ਤੁਸੀਂ ਉਹ ਦੇਖ ਰਹੇ ਹੋ ਇਹਨੂੰ ਤੁਸੀਂ ਪੜ ਸਕਦੇ ਹੋ ਕਿਉਂਕਿ ਜਿਹੜਾ 1 ਡਾਲਰ ਦਾ ਕੋਇਨ ਆ ਇਸ ਸੈੱਟ ਵਿੱਚ ਵੱਡੀ ਵੱਡੇ ਸਾਈਜ਼ ਦਾ ਉਹਦੇ ਉੱਤੇ ਇਸ ਦੀ ਫੋਟੋ ਲੱਗੀ ਹੋਈ ਹੈ ਇਸ ਪੰਛੀ ਦੀ ਤੇ ਇਹ ਤੁਸੀਂ ਪੜ ਸਕਦੇ ਹੋ ਇਹ ਹੈਗੇ ਨਿਊਜ਼ੀਲੈਂਡ ਦੇ ਨੇ ਤੇ ਜਾਰੀ ਕੀਤੇ ਮਿਲਦਾ ਆਸਟ੍ਰੇਲੀਆ ਨੇ ਪਰ ਨਿਊਜ਼ੀਲੈਂਡ ਦੇ ਵਿਆਹ ਤੇ ਉਹਨਾਂ ਦੀ ਮਰਜ਼ੀ ਨਾਲ ਤੁਸੀਂ ਆਪਣੇ ਆਪ ਇਹ ਦੇਖ ਸਕਦੇ ਹੋ ਤੇ ਪੜ੍ਹ ਸਕਦੇ ਹੋ ਤੇ ਇਹ ਇੱਕ ਬੰਗਲੇ ਦੀ ਪਿਕਚਰ ਆ ਤੇ ਆ ਹੈਗਾ ਇਹਦਾ ਜਿਹੜੇ ਹੈਗੇ ਨੇ ਕੋਇਨ ਉਹਨਾਂ ਬਾਰੇ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਜਿਹੜੀ ਤੇ ਜਿਵੇਂ ਕਿ ਇੱਕ ਜਿਹੜਾ 1 ਸੈਂਟ ਆ ਉਹਦਾ ਵੇਟ ਲਿਖਿਆ ਹੋਇਆ ਤੇ ਘੇਰਾ ਲਿਖਿਆ ਹੋਇਆ ਤੇ ਕਿਹੜੀ ਮੈਟਲ ਦਾ ਉਹ ਬਣਿਆ ਹੋਇਆ ਤੇ ਫਿਰ ਥੱਲੇ ਉਹਦੇ ਕੀ ਲਿਖਿਆ ਹੋਇਆ ਉਹਦੇ ਥੱਲੇ ਲਿਖਿਆ ਹੋਇਆ ਆਹ ਜਿਹੜਾ ਤੁਸੀਂ ਪੜ ਸਕਦੇ ਹੁਣ ਜਣੀ ਉਹਦੇ ਬਾਰੇ ਹੋਰ ਵਿਸਥਾਰ ਨਾਲ ਐ 2 ਸੈਂਟ ਜਿਹੜਾ 2 ਸੈਂਟਾ ਉਹ 5 ਸੈਂਟ ਤੇ ਇਹਨਾਂ ਬਾਰੇ ਸਾਰਿਆਂ ਬਾਰੇ ਇਹਦੇ ਵਿੱਚ ਪੂਰਾ ਪ੍ਰੋਪਰ ਇਹ ਦੱਸਿਆ ਗਿਆ ਤੇ ਆਹ ਲਿਖਿਆ ਹੋਇਆ ਇਹ ਜਿਹੜੇ ਇਹ ਰਾਇਲ ਆਸਟ੍ਰੇਲੀਆ ਮਿੰਟ ਵੱਲੋਂ ਸ਼ੀਲਡ ਕੀਤੇ ਗਏ ਨੇ ਇਹ ਕੋਨ ਆਹ ਲਿਖਿਆ ਹੋਇਆ ਥੱਲੇ ਤੁਸੀਂ ਪੜ੍ਹ ਸਕਦੇ ਹੋ ਆਪਣੇ ਆਪ ਤੇ ਇਹ ਉਹਨਾਂ ਦਾ ਕੋਈ ਹਿਸਾਬ ਕਿਤਾਬ ਹੁੰਦਾ ਹੁਣ ਆਪਾਂ ਨੂੰ ਇਹਦੇ ਬਾਰੇ ਬਹੁਤਾ ਪਤਾ ਨਹੀਂ ਤੇ ਜਿਹੜਾ ਆ 1 ਡਾਲਰ ਦਾ ਕੋਇਨਾ ਉਹਦੇ ਬਾਰੇ ਇੱਥੇ ਲਿਖਿਆ ਹੋਇਆ ਉਹ 2765 216 ਗ੍ਰਾਮ ਦਾ ਕੋਇਨ ਹੈ ਉਹਦਾ weight ਹੈ ਜਿਹੜਾ ਤੇ ਉਹਦਾ ਜਿਹੜਾ ਘੇਰਾ ਉਹ 38 65 77 mm ਨਿਕਲ ਹੈਗਾ ਉਹ ਤੇ ਆਹਗਾ ਹਾ ਪਿਕਚਰ ਬਾਰੇ ਦੱਸਿਆ ਗਿਆ ਉਹਨੇ ਇੱਥੇ ਕਿਹੜੀ ਪਿਕਚਰ ਲੱਗੀ ਹੋਈ ਹੈ ਉਹਦੇ ਬਾਰੇ ਤੇ ਹੁਣ ਆਪਾਂ ਥੋੜਾ ਜਿਹਾ ਕੋਇਨਾਂ ਬਾਰੇ ਵੀ ਚਾਤੀ ਮਾਰਦੇ ਹਾਂ ਤੇ ਇਹ ਹੈਗਾ ਉਹ ਇੱਕ ਕੋਇਨ 1 ਡਾਲਰ ਦਾ ਕੋਇਨ ਜਿਹੜੇ ਤਿਹ ਤਿੰਨ ਜਾਨਵਰ ਨੇ ਜਿਹੜੇ ਪਾਣੀ ਦੇ ਵਿੱਚ ਆਪਣਾ ਆਪਣੇ ਖਾਣ ਲਈ ਕੁਝ ਲੱਭ ਰਹੇ ਨੇ ਤੇ ਇਹ ਇੱਥੋਂ ਜਿਵੇਂ ਆਪਾਂ ਤੁਸੀਂ ਤੁਸੀਂ ਦੇਖ ਹੀ ਸਕਦੇ ਹੋ ਪੁਰਾਣਾ ਹੋਣ ਕਰਕੇ ਇਹ ਟੁੱਟਿਆ ਹੋਇਆ ਟੁੱਟ ਗਿਆ ਆ ਦੇਖ ਲਓ ਉਹ ਨਹੀਂ ਟੁੱਟ ਗਿਆ ਇਹ ਭੁਰ ਗਿਆ ਤੁਸੀਂ ਇਹ ਕਹੋ ਵੀ ਇਹ ਪਲਾਸਟਿਕ ਭੁਰ ਗਈ ਜਿਵੇਂ ਜਿਵੇਂ ਇਹਨੂੰ ਆਪਾਂ ਹੱਥ ਲਾਉਨੇ ਆ ਤਾਂ ਇਹ ਟੁੱਟਰੇਗਾ ਤੇ ਇਹ ਬਹੁਤ ਨਾਜ਼ੁਕ ਪੈਕਿੰਗ ਆ ਜਿਹੜੀ ਹੁਣ ਟੁੱਟ ਰਹੀ ਹੈ ਇਹ ਤੇ ਇਹ ਹੈਗਾ 1 ਡਾਲਰ ਦਾ ਕੋਇਨ ਤੇ ਆ 20 ਸੈਂਟ ਦੇ ਇਹ ਇਹ ਉਹੀ ਨੇ ਪੁਰਾਣੇ ਜਿਹੜੇ ਜਿਹੇ ਪਹਿਲਾਂ ਆਪਾਂ ਦੇਖਦੇ ਆ ਇਹਨਾਂ ਕੋਇਨਾਂ ਉੱਤੇ ਉਹੀ ਪਿਕਚਰ ਆ ਸੇਮ ਕੱਲੀ ਉਸ 1 ਡਾਲਰ ਤੋਂ ਬਿਨਾ ਤੇ ਆ ਕਿਸ਼ਤੀ 50 ਸੈਂਟ ਦੇ ਕੋਇਨ ਤੇ ਆ ਤੇ ਦੂਜੀ ਸਾਈਡ ਦੇ ਉੱਤੇ ਉਹੀ ਰਾਣੀ ਦੀ ਪਿਕਚਰ ਆ ਸਾਰੇਆਂ ਕੋਨਾਂ ਤੇ ਆ ਤੁਸੀਂ ਦੇਖ ਵੀ ਸਕਦੇ ਆ ਕੋਈ ਬਹੁਤਾ ਇਹਦੇ ਤੇ ਦੱਸਣ ਵਾਲੀ ਗੱਲ ਹੈ ਨਹੀਂ ਗੀ ਬਸ ਉਹ ਰਾਣੀ ਐਲਜਾਬੈਥੋ ਦੀ ਪਿਕਚਰ ਆ ਤੇ ਆ 1985 ਉਹ ਲਿਖਿਆ ਹੋਇਆ ਆ ਤਾਂ ਬੜਾ ਉਹ ਹੋ ਗਿਆ ਛੁੱਟ ਗਿਆ ਤਾਂ ਜਮੀ ਉਰ ਗਿਆ ਜਿਹੜਾ ਇਹ ਪੇਪਰ ਆ ਇਹ ਪੁਰ ਗਿਆ ਇਹ ਕਾਫੀ ਹੱਦ ਤੱਕ ਅੰਤੋਂ ਸਾਹਤ ਹਈ ਹੈ ਤੇ ਇਸ ਤਰ੍ਹਾਂ ਤੇ ਬਾਕੀ ਜਿਹੜੀ ਤੁਸੀਂ ਜਾਣਕਾਰੀ ਜਿਹੜੀ ਵੀ ਤੁਹਾਨੂੰ ਚਾਹੀਦੀ ਆ ਉਹ ਇਹਦੇ ਵਿੱਚ ਤੁਸੀਂ ਆਪਣੇ ਆਪ ਪੜ੍ਹ ਸਕਦੇ ਹੋ ਆਪਾਂ ਪੂਰੀ ਟਰਾਈ ਕੀਤੀ ਹੈ ਇਹਨੂੰ ਦਿਖਾਉਣ ਦੀ ਤੇ ਇਸ ਤਰ੍ਹਾਂ ਤੇ ਆਸ ਕਰਦੇ ਹਾਂ ਤੁਸੀਂ ਇਸ ਵੀਡੀਓ ਨੂੰ ਪਸੰਦ ਕਰੋਗੇ ਦੇਖਦੇ ਰਹੋ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ